ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਭਰਾ ਦਾਨਿਸ਼ ਖਾਨ ਬਲੋਚ, ਉਮੀਦ ਕਰਦਾ ਸਭ ਖੈਰ ਖਰੀਆ ਨਾਲ ਹੋ ਸੋ ਜੀ। ਅੱਜ ਮੇਰੇ ਨਾਲ ਮੇਰਾ ਦੋਸਤ ਅਹਿਸਨ ਨਦੀਮ ਸਾਹਿਬ ਔਰ ਰਾਣਾ ਵਤਾਰ ਸਾਹਿਬ ਹਨ। ਅੱਜ ਸਾਡਾ ਪ੍ਰੋਗਰਾਮ ਬਣਿਆ ਲਾਹੌਰ ਫਿਰਨ ਟੁਰਨ ਤਾਂ। ਅੱਜ ਅਸੀਂ ਤੁਹਾਨੂੰ ਮਰੂਫ ਤਰੀਨ ਜ਼ਿਆਦਾ ਵਿਖਾਉਣਾ ਚਾਹੁੰਦੇ ਹਾਂ ਲਾਹੌਰ ਦੇ ਵਿੱਚ। ਵੈਸੇ ਲਾਹੌਰ ਤਾਂ ਪੂਰਾ ਮਸ਼ਹੂਰ ਹੈ, ਲੇਕਿਨ ਅਸੀਂ ਤੁਹਾਨੂੰ ਚੰਦ ਚੀਜ਼ਾਂ ਵਿਖਾਉਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਬਾਦਸ਼ਾਹ ਮਸਜਿਦ ਆ ਪੈਂਦੀ ਹੈ, ਮੀਨਾਰੇ ਪਾਕਿਸਤਾਨ ਆ ਪੈਂਦਾ, ਸ਼ਾਹੀ ਕਿਲ੍ਹਾ ਆ ਪੈਂਦਾ। ਹੋਰ ਹੀ ਚੀਜ਼ਾਂ ਤੁਹਾਨੂੰ ਅਸੀਂ ਅੱਜ ਇਹ ਵਿਖਾਉਣਾ ਚਾਹੁੰਦੇ ਹਾਂ ਜੀ। ਵੇਖ ਲਓ ਜੀ, ਮੀਨਾਰੇ ਪਾਕਿਸਤਾਨ ਅਸੀਂ ਪਹੁੰਚੇ ਹਾਂ ਅਤੇ ਮੀਨਾਰੇ ਪਾਕਿਸਤਾਨ ਤੁਹਾਨੂੰ ਵਿਖਾ ਰਹੇ ਹਾਂ ਜੀ। ਇਹ ਮੀਨਾਰੇ ਪਾਕਿਸਤਾਨ ਅਸੀਂ ਹੁਣ ਜਾ ਰਹੇ ਹਾਂ। ਅੱਧਾ ਮੀਨਾਰੇ ਪਾਕਿਸਤਾਨ ਤੁਹਾਨੂੰ ਤੋੜ ਅੱਧਾ ਵਜ ਬਿਠਾਉਂਦੇ ਹਾਂ ਜੀ। ਬਹੁਤ ਸਰਸਬਜ਼ਾ, ਬਹੁਤ ਹੀ ਖੂਬਸੂਰਤ ਜਗ੍ਹਾ, ਦਿਲ ਤਲਤਾ ਵੇਖਣ ਤਾਂ ਜੀ। ਵੇਖ ਲਓ ਜੀ, ਆਹ ਮੀਨਾਰ ਪਾਕਿਸਤਾਨ ਦੇ ਨਾਲ ਜਗ੍ਹਾ ਬਣੀ ਹੋਈ ਹੈ। ਇੱਕ ਕਸ਼ਤੀ ਹੈ, ਪਾਣੀ ਦਾ ਤਲਾਬ ਹੈ ਜੀ। ਵੇਖ ਲਓ ਜੀ, ਆਹ ਹੁਣ ਅਸੀਂ ਪਹੁੰਚ ਆਏ ਹਾਂ ਬਾਦਸ਼ਾਹ ਮਸਜਿਦ ਹੈ ਜੀ। ਬਾਦਸ਼ਾਹ ਮਸਜਿਦ ਵੇਖ ਲਓ ਜੀ, ਰਵਾਨਾ ਹੋ ਰਿਹਾ ਬਾਦਸ਼ਾਹ ਮਸਜਿਦ ਦੀ ਤਰਫ਼। ਆਹ ਤੇ ਬੱਚਿਆਂ ਦਾ ਟ੍ਰਿਪ ਆਇਓ, ਬੱਚੇ ਆਏ ਵਧਣ ਫਿਰਨ ਟੁਰਨ ਤਾਂ ਸਟੋਰ ਦੇ ਤੇ ਟ੍ਰਿਪ ਆਉਂਦੀ। ਆਹ ਬਾਦਸ਼ਾਹ ਮਸਜਿਦ ਅੰਦਰੂਨੀ ਜਾਏ, ਵੇਖ ਲਓ ਜੀ, ਮਾਸ਼ਾਅੱਲਾ ਜੀ, ਬਹੁਤ ਵੱਡੀ ਮਸਜਿਦ ਹੈ ਪੂਰੇ ਲਾਹੌਰ ਵਿੱਚ, ਬਾਦਸ਼ਾਹ ਮਸਜਿਦ। ਮਾਸ਼ਾਅੱਲਾ ਜੀ, ਸੁਭਾਨ ਅੱਲਾ। ਕੀ ਆ ਅੰਦਰੂਨੀ ਜਾ ਬਾਦਸ਼ਾਹ ਮਸਜਿਦ ਜੀ। ਬਹੁਤ ਹੀ ਖੂਬਸੂਰਤ ਮਾਸ਼ਾਅੱਲਾ ਜੀ। ਜੀ ਆ ਵੇਖ ਲਓ ਜੀ, ਮਾਸ਼ਾਅੱਲਾ, ਬਹੁਤ ਹੀ ਸਰਸਬਜ਼ਾ, ਬਹੁਤ ਹੀ ਖੂਬਸੂਰਤ ਜਗ੍ਹਾ, ਦਿਲ ਤਲਦਾ ਵੇਖਣ ਤਾਂ ਜੀ। ਵਾਹ ਜੀ ਵਾਹ, ਜੀ ਆ ਸਾਹਮਣੇ ਸ਼ਾਹੀ ਕਿਲ੍ਹਾ ਆਇਆ ਲਾ ਜੀ। ਆਹ ਇਲਾਮਾ ਇਕਬਾਲ ਸਾਹਿਬ ਦਾ ਮਕਬਰਾ ਹੈ, ਇਲਾਮਾ ਇਕਬਾਲ ਸਾਹਿਬ ਦਾ ਮਜ਼ਾਜ ਹੈ, ਤੁਹਾਨੂੰ ਵੀ ਵਿਖਾ ਦੇਣਾ ਜੀ। ਆ ਅਸੀਂ ਪਹੁੰਚਾ ਫੈਤਾ ਖਾਨੀ ਪਾ ਰਿਹਾ ਜੀ। ਹੁਣ ਜਾ ਰਹੇ ਹਾਂ ਅਸੀਂ ਬਾਹਰ ਰੋਡ 'ਤੇ, ਫਿਰ ਤੋੜ ਰਿਹਾ ਜੀ। ਵੇਖ ਲਓ ਜੀ, ਜੀ ਵੇਖ ਲਓ, ਪੇਂਟ ਵਾਲੇ ਉੱਥੇ ਸਾਹਮਣੇ ਚਲਦੀ ਹੈਗੀ ਹੈ। ਇੱਥੇ ਰਸ਼ ਹੀ ਆਉਂਦਾ, ਉਹ ਤੋਂ ਖੂਬਸੂਰਤ ਜਗ੍ਹਾ, ਅਸੀਂ ਬੰਦੇ ਬਹੁਤ ਹੀ ਆਉਂਦੇ ਵੇਖਣ ਤਾਂ। ਇਹ ਤਲਾਬ ਹੈ ਜੀ, ਜੀ
ਅੱਜ ਅਸੀਂ ਬੜਾ ਫਿਰੇ ਟੁਰੇ ਹਾਂ ਬੜਾ ਮਜ਼ਾ ਆਇਆ ਸਾਨੂੰ ਬਾਦਸ਼ਾਹੀ ਮਸਜਿਦ ਵੇਤੀ ਹੈ ਮੀਨਾਰੇ ਪਾਕਿਸਤਾਨ ਤੁਹਾਨੂੰ ਵਿਤਾਇਆ ਹੈ ਉਸ ਤੋਂ ਬਾਅਦ ਸ਼ਾਹੀ ਕਿਲ੍ਹਾ ਵਿਤਾਇਆ ਹੈ ਅਤੇ ਅਲਹਮਦੁਲਿਲਾ ਅੱਜ ਸਾਨੂੰ ਬੜਾ ਮਜ਼ਾ ਆਇਆ ਹੈ ਬਹੁਤ ਹੀ ਇੰਜੋਏ ਕੀਤਾ ਹੈ ਅਗਰ ਸਾਡੀ ਵੀਡੀਓ ਅੱਜ ਤੁਹਾਨੂੰ ਪਸੰਦ ਆਈ ਹੋਵੇ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਬਹੁਤ ਮਿਹਰਬਾਨੀ ਅੱਲਾਹ ਤੁਹਾਨੂੰ ਖੁਸ਼